ਤੁਰਦੇ ਤੁਰਦੇ ਥੱਕੇ ਤਾਂ ਨਵ ਵਿਆਹਿਆ ਜੋੜਾ ਸਕੂਟਰੀ ਚੋਰੀ ਕਰਕੇ ਫਰਾਰ ਹੋ ਗਿਆ। ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਨੇ, ਜਿਸ ਦੇ ਵਿਚ ਵੇਖਿਆ ਜਾ ਸਕਦਾ ਚੂੜੇ ਵਾਲੀ ਚੋਰਨੀ ਦਾ ਕਾਰਨਾਮਾ, ਜਿਸ ਨੇ ਮਿੰਟਾਂ ਸਕਿੰਟਾਂ ਦੇ ਵਿਚ ਸਕੂਟਰੀ ਸਟਾਰਟ ਕੀਤੀ ਅਤੇ ਸਕੂਟਰੀ ਚੋਰੀ ਕਰਕੇ ਰਫ ਚੱਕਰ ਹੋ ਗਈ। ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਮੋਗਾ ਦੇ ਮਿੱਤਲ ਰੋਡ ਤੇ ਇੱਕ ਪ੍ਰਾਈਵੇਟ ਕੰਪਨੀ ਦੇ ਡਿਪਾਰਟਮੈਂਟਲ ਸਟੋਰ ਦੇ ਵਿਚ ਕੰਮ ਕਰਨ ਵਾਲੀ ਲੜਕੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਸਕੂਟਰੀ ਬਾਹਰ ਖੜੀ ਕਰਕੇ ਜਾਂਦੀ ਸੀ ਤੇ ਹਰ ਰੋਜ਼ ਦੀ ਤਰ੍ਹਾਂ ਉਹ ਇਸ ਸਕੂਟਰੀ ਨੂੰ ਬਾਹਰ ਖੜੀ ਕਰਕੇ ਗਈ ਤਾਂ ਲਾਲ ਚੂੜੇ ਦੇ ਵਿਚ ਇੱਕ ਨਵ ਵਿਆਹਤਾ ਕੁੜੀ ਆਪਣੇ ਸਾਥੀ ਦੇ ਨਾਲ ਪੈਦਲ ਤੁਰੀ ਆਉਂਦੀ ਹੈ ਤੇ ਜਿਵੇਂ ਹੀ ਉਸਦੀ ਨਜ਼ਰ ਸਟੋਰ ਦੇ ਬਾਹਰ ਖੜੀ ਐਕਟਿਵਾ ਤੇ ਪੈਂਦੀ ਆ ਤਾਂ ਉਹ ਦੋਵੇਂ ਰੁਕ ਜਾਂਦੇ ਨੇ। ਮਹਿਲਾ ਦਾ ਸਾਥੀ ਪੈਦਲ ਅੱਗੇ ਚਲਾ ਜਾਂਦਾ ਤੇ ਇਹ ਕੁੜੀ ਬਹੁਤ ਹੀ ਸਫਾਈ ਦੇ ਨਾਲ ਐਕਟਿਵਾ ਨੂੰ ਚਾਬੀ ਲਗਾਉਂਦੀ ਹੈ ਤੇ ਸਟਾਰਟ ਕਰਕੇ ਉਸ ਨੂੰ ਲੈ ਜਾਂਦੀ ਹੈ ਤੇ ਅਗਲੀ ਗਲੀ ਦੇ ਵਿਚ ਜਾ ਕੇ ਆਪਣੇ ਸਾਥੀ ਨੂੰ ਵੀ ਐਕਟਿਵਾ ਤੇ ਬਿਠਾ ਕੇ ਲੈ ਜਾਂਦੀ ਹੈ ਅਤੇ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ। ਉੱਥੇ ਪੀੜਤ ਕੁੜੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਹੁਣ ਚੂੜੇ ਵਾਲੀ ਚੋਰਨੀ ਅਤੇ ਉਸਦੇ ਸਾਥੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿਚ ਵੀ ਇੱਕ ਬੀਜੇਪੀ ਲੀਡਰ ਦੀ ਐਕਟਿਵਾ ਇਸੇ ਤਰ੍ਹਾਂ ਹੀ ਲਾਲ ਚੂੜੇ ਵਾਲੀ ਲੜਕੀ ਨੇ ਚੋਰੀ ਕੀਤੀ ਸੀ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਉਸਨੇ ਵੀ ਇਸੇ ਤਰ੍ਹਾਂ ਬਹੁਤ ਹੀ ਸਫਾਈ ਦੇ ਨਾਲ ਸਕੂਟਰੀ ਨੂੰ ਸਟਾਰਟ ਕੀਤਾ ਤੇ ਚੋਰੀ ਕਰਕੇ ਫਰਾਰ ਹੋ ਗਈ ਤੇ ਹੁਣ ਇਹ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਨਵ ਵਿਆਹਤਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਹ ਵੀ ਆਪਣੇ ਸਾਥੀ ਦੇ ਨਾਲ ਮਿਲ ਕੇ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਦੋਵੇਂ ਪੈਦਲ ਤੁਰੇ ਆਉਂਦੇ ਨੇ ਤੇ ਜਦੋਂ ਇਹਨਾਂ ਦੀ ਨਜ਼ਰ ਇਸ ਸਕੂਟਰੀ ਤੇ ਪੈਂਦੀ ਹੈ ਤਾਂ ਕੁੜੀ ਬਹੁਤ ਹੀ ਸਫਾਈ ਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਸਕੂਟਰੀ ਚੋਰੀ ਕਰਕੇ ਫਰਾਰ ਹੋ ਜਾਂਦੀ ਹੈ। ਕੁੜੀ ਦੇ ਹੱਥਾਂ ਦੇ ਵਿੱਚ ਚੂੜਾ ਪਾਇਆ ਹੁੰਦਾ ਹੈ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦਾ ਨਵਾਂ ਵਿਆਹ ਹੋਇਆ, ਪਰ ਦੋਵਾਂ ਵੱਲੋਂ ਅਜਿਹੀ ਵਾਰਦਾਤ ਨੂੰ ਹੁਣ ਅੰਜਾਮ ਦਿੱਤਾ ਗਿਆ। ਤੁਰਦੇ ਤੁਰਦੇ ਥੱਕੇ ਤਾਂ ਨਵ ਵਿਆਹਿਆ ਜੋੜਾ ਸਕੂਟਰੀ ਚੋਰੀ ਕਰਕੇ ਫਰਾਰ ਹੋ ਗਿਆ। ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਨੇ, ਜਿਸ ਦੇ ਵਿਚ ਵੇਖਿਆ ਜਾ ਸਕਦਾ ਹੈ ਚੂੜੇ ਵਾਲੀ ਚੋਰਨੀ ਦਾ ਕਾਰਨਾਮਾ, ਜਿਸ ਨੇ ਮਿੰਟਾਂ ਸਕਿੰਟਾਂ ਦੇ ਵਿਚ ਸਕੂਟਰੀ ਸਟਾਰਟ ਕੀਤੀ ਅਤੇ ਸਕੂਟਰੀ ਚੋਰੀ ਕਰਕੇ ਰਫ ਚੱਕਰ ਹੋ ਗਈ। ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਮੋਗਾ ਦੇ ਮਿੱਤਲ ਰੋਡ ਤੇ ਇੱਕ ਪ੍ਰਾਈਵੇਟ ਕੰਪਨੀ ਦੇ ਡਿਪਾਰਟਮੈਂਟਲ ਸਟੋਰ ਦੇ ਵਿਚ ਕੰਮ ਕਰਨ ਵਾਲੀ ਲੜਕੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਸਕੂਟਰੀ ਬਾਹਰ ਖੜੀ ਕਰਕੇ ਜਾਂਦੀ ਸੀ ਤੇ ਹਰ ਰੋਜ਼ ਦੀ ਤਰ੍ਹਾਂ ਉਹ ਇਸ ਸਕੂਟਰੀ ਨੂੰ ਬਾਹਰ ਖੜੀ ਕਰਕੇ ਗਈ ਤਾਂ ਲਾਲ ਚੂੜੇ ਦੇ ਵਿਚ ਇੱਕ ਨਵ ਵਿਆਹਤਾ ਕੁੜੀ ਆਪਣੇ ਸਾਥੀ ਦੇ ਨਾਲ ਪੈਦਲ ਤੁਰੀ ਆਉਂਦੀ ਹੈ ਤੇ ਜਿਵੇਂ ਹੀ ਉਸਦੀ ਨਜ਼ਰ ਸਟੋਰ ਦੇ ਬਾਹਰ ਖੜੀ ਐਕਟਿਵਾ ਤੇ ਪੈਂਦੀ ਆ ਤਾਂ ਉਹ ਦੋਵੇਂ ਰੁਕ ਜਾਂਦੇ ਨੇ। ਮਹਿਲਾ ਦਾ ਸਾਥੀ ਪੈਦਲ ਅੱਗੇ ਚਲਾ ਜਾਂਦਾ ਹੈ ਤੇ ਇਹ ਕੁੜੀ ਬਹੁਤ ਹੀ ਸਫਾਈ ਦੇ ਨਾਲ ਐਕਟਿਵਾ ਨੂੰ ਚਾਬੀ ਲਗਾਉਂਦੀ ਹੈ ਤੇ ਸਟਾਰਟ ਕਰਕੇ ਉਸ ਨੂੰ ਲੈ ਜਾਂਦੀ ਹੈ ਤੇ ਅਗਲੀ ਗਲੀ ਦੇ ਵਿਚ ਜਾ ਕੇ ਆਪਣੇ ਸਾਥੀ ਨੂੰ ਵੀ ਐਕਟਿਵਾ ਤੇ ਬਿਠਾ ਕੇ ਲੈ ਜਾਂਦੀ ਹੈ ਅਤੇ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ। ਉੱਥੇ ਪੀੜਤ ਕੁੜੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਹੁਣ ਚੂੜੇ ਵਾਲੀ ਚੋਰਨੀ ਅਤੇ ਉਸਦੇ ਸਾਥੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿਚ ਵੀ
ਇੱਕ ਬੀਜੇਪੀ ਲੀਡਰ ਦੀ ਐਕਟਿਵਾ ਇਸੇ ਤਰ੍ਹਾਂ ਹੀ ਲਾਲ ਚੂੜੇ ਵਾਲੀ ਲੜਕੀ ਨੇ ਚੋਰੀ ਕੀਤੀ ਸੀ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਉਸਨੇ ਵੀ ਇਸੇ ਤਰ੍ਹਾਂ ਬਹੁਤ ਹੀ ਸਫਾਈ ਦੇ ਨਾਲ ਸਕੂਟਰੀ ਨੂੰ ਸਟਾਰਟ ਕੀਤਾ ਤੇ ਚੋਰੀ ਕਰਕੇ ਫਰਾਰ ਹੋ ਗਈ। ਤੇ ਹੁਣ ਇਹ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਨਵਵਿਆਹਤਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਹ ਵੀ ਆਪਣੇ ਸਾਥੀ ਦੇ ਨਾਲ ਮਿਲ ਕੇ। ਤਸਵੀਰਾਂ 'ਚ ਵੇਖਿਆ ਜਾ ਸਕਦਾ ਕਿ ਦੋਵੇਂ ਪੈਦਲ ਤੁਰੇ ਆਉਂਦੇ ਨੇ ਤੇ ਜਦੋਂ ਇਹਨਾਂ ਦੀ ਨਜ਼ਰ ਇਸ ਸਕੂਟਰੀ ਤੇ ਪੈਂਦੀ ਹੈ ਤਾਂ ਕੁੜੀ ਬਹੁਤ ਹੀ ਸਫਾਈ ਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਸਕੂਟਰੀ ਚੋਰੀ ਕਰਕੇ ਫਰਾਰ ਹੋ ਜਾਂਦੀ ਹੈ। ਕੁੜੀ ਦੇ ਹੱਥਾਂ ਦੇ ਵਿੱਚ ਚੂੜਾ ਪਾਇਆ ਹੁੰਦਾ ਹੈ, ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦਾ ਨਵਾਂ ਵਿਆਹ ਹੋਇਆ, ਪਰ ਦੋਵਾਂ ਵੱਲੋਂ ਅਜਿਹੀ ਵਾਰਦਾਤ ਨੂੰ ਹੁਣ ਅੰਜਾਮ ਦਿੱਤਾ ਗਿਆ।